ਇਲੈਕਟ੍ਰਿਕ ਗੇਮਾਂ ਦੇ ਖਤਰੇ ਆਪਣੇ ਬੇਟੇ ਨੂੰ ਬੁਲਾਉਂਦਾ ਹੈ ਅਤੇ ਉਹ ਸੁਣਦਾ ਨਹੀਂ, ਨਾ ਜਵਾਬ ਦਿੰਦਾ ਹੈ। ਆਪਣੀ ਬੇਟੀ ਦੇ ਅੱਗੋਂ ਗੁਜ਼ਰਦਾ ਹੈ ਅਤੇ ਉਹ ਵੀ ਤਵੱਜੋ ਨਹੀਂ ਕਰਦੀ ਔਰ ਨਾ ਉਹ ਮੁੜ ਕੇ ਦੇਖਦੀ ਹੈ। ਇਹ ਲੋਕ ਜਿਹੜੇ ਨੇ ਅਲੱਗ ਥਲੱਗ ਨੇ ਆਪਣੇ ਇਰਦ ਗਿਰਦ ਦੇ ਮਾਹੌਲ ਤੋਂ, ਮਜਾਜ਼ੀ ਦੁਨੀਆ ਦੇ ਅੰਦਰ, ਇਲੈਕਟ੍ਰੋਨਿਕ ਗੇਮਸ ਦੀ ਦੁਨੀਆ ਦੇ ਅੰਦਰ ਮਗਨ। ਛੋਟੇ ਅਤੇ ਵੱਡੇ ਮੁਬਤਲਾ ਨੇ ਇਹਨਾਂ ਗੇਮਾਂ ਦੇ ਖੇਡਣ ਦੀ ਹਵਸ ਦੇ ਅੰਦਰ ਕਈ ਘੰਟਿਆਂ ਤੱਕ, ਹੱਤਾ ਕਿ ਉਹਨਾਂ ਨੂੰ ਇਹਨਾਂ ਦੀ ਲੱਤ ਪੈ ਗਈ ਹੈ, ਆਦਤ ਹੋ ਗਈ। ਇਹਨਾਂ ਨੂੰ ਇਹ ਖਤਰਨਾਕ ਗਲਤੀਆਂ ਦਾ ਅਹਿਸਾਸ ਵੀ ਨਹੀਂ ਕਿ ਇਹਨਾਂ ਇਲੈਕਟ੍ਰੋਨਿਕ ਗੇਮਾਂ ਦੇ ਅੰਦਰ ਕੁਛ ਗੇਮਾਂ 'ਚ ਸ਼ਿਰਕ ਪਾਇਆ ਜਾਂਦਾ ਹੈ, ਜਿਵੇਂ ਕਿ ਬੁੱਤਾਂ ਔਰ ਸਲੀਬ ਦੀ ਤਾਜ਼ੀਮ। ਆਇਸ਼ਾ ਰਜ਼ੀ ਅੱਲਾਹ ਤਾਲਾ ਅਨਹਾ ਤੋਂ ਮਰਵੀ ਹੈ ਕਿ ਨਬੀ ਅਲੈਹ ਇਸਲਾਮ ਨੇ ਬੇਸ਼ੱਕ ਫਰਮਾਇਆ ਕਿ ਘਰ ਦੇ ਅੰਦਰ ਆਪ ਕੋਈ ਵੀ ਚੀਜ਼ ਵੇਖਦੇ ਜਿਹਦੇ ਅੰਦਰ ਸਲੀਬ ਹੁੰਦੀ ਤਾਂ ਤੋੜ ਦਿੰਦੇ, ਔਰ ਬਾਜ਼ ਗੇਮਾਂ ਦੇ ਅੰਦਰ ਜਾਦੂ ਟੋਨਾ ਪਾਇਆ ਜਾਂਦਾ ਹੈ। ਔਰ ਨਬੀ ਅਲੈਹ ਇਸਲਾਮ ਨੇ ਤਾਂ ਫਰਮਾਇਆ ਹੈ 7 ਹਲਾਕਤ ਵਾਲੀ ਚੀਜ਼ਾਂ ਤੋਂ ਬਚੋ, ਅੱਲਾ ਦੇ ਨਾਲ ਸ਼ਿਰਕ ਕਰਨਾ ਔਰ ਜਾਦੂ ਤੋਂ, ਅਲ ਹਦੀਸ। ਔਰ ਬਾਜ਼ ਦੇ ਵਿੱਚ ਉਰੀਆਨੀਅਤ ਅਤੇ ਬੇਹਯਾਈ ਦੇ ਮਨਾਜ਼ਰ ਹੁੰਦੇ ਨੇ ਜੋ ਫਾਹਿਸ਼ੀ ਦੀ ਤਰਫ ਦਾਵਤ ਦਿੰਦੇ ਨੇ। ਅੱਲਾ ਤਾਲਾ ਦਾ ਫਰਮਾਨ ਹੈ, ਕਹਿ ਦਿਓ ਮੋਮਿਨਾਂ ਨੂੰ ਕਿ ਆਪਣੀ ਨਿਗਾਹਾਂ ਨੂੰ ਨੀਵਾਂ ਰੱਖਣ ਅਤੇ ਆਪਣੀ ਸ਼ਰਮਗਾਹਾਂ ਦੀ ਹਿਫਾਜ਼ਤ ਕਰਨ, ਔਰ ਇਹ ਉਹਨਾਂ ਵਾਸਤੇ ਜ਼ਿਆਦਾ ਪਾਕੀਜ਼ਗੀ ਇਹਦੇ 'ਚ, ਬੇਸ਼ੱਕ ਅੱਲਾ ਤਾਲਾ ਖਬਰ ਰੱਖਦੇ ਨੇ ਜੋ ਤੁਸੀਂ ਕਰਦੇ ਹੋ। ਕਿਉਂਕਿ ਇਹ ਬੱਚੇ ਦੀ ਹਕੀਕਤ ਪਸੰਦੀ ਨੂੰ ਵੀ ਖਰਾਬ ਕਰ ਦਿੰਦੀਆਂ ਨੇ, ਵਹਿਮ ਔਰ ਖਿਆਲੀ ਦੁਨੀਆ ਦੀ ਤਰਬੀਅਤ ਕਰਕੇ, ਜਿਵੇਂ ਕਿ ਏਲੀਅਨ ਅਤੇ ਸੁਪਰ ਪਾਵਰ ਰੱਖਣ ਵਾਲੇ ਜਿਨ੍ਹਾਂ ਦਾ ਹਕੀਕਤ 'ਚ ਕੋਈ ਤਾਲੁਕ ਨਹੀਂ। ਔਰ ਇਹਨਾਂ ਦੇ ਮਨਫੀ ਅਸਰਾਂ 'ਚੋਂ ਹੈ ਕਿ ਬੱਚੇ ਦੀ ਸ਼ਖਸੀਅਤ ਦੇ ਅੰਦਰ ਤਸ਼ੱਦਦ ਔਰ ਦੁਸ਼ਮਣੀ ਪੈਦਾ ਕਰਦੀਆਂ ਨੇ, ਇਹਨਾਂ ਦੇ ਦਰਮਿਆਨ ਨਫ਼ਰਤ ਨੂੰ ਪੈਦਾ ਕਰਦੀਆਂ ਨੇ ਜਿਵੇਂ ਜੂਆ ਕਰਦਾ ਹੈ, ਔਰ ਇਹਦੇ ਨਾਲ ਸਿਹਤ ਨੂੰ ਵੀ ਨੁਕਸਾਨ ਹੁੰਦਾ ਹੈ। ਅਸਾਬੀ ਬੇਚੈਨੀ ਝਟਕਿਆਂ ਦੀ ਸ਼ਕਲ ਦੇ ਅੰਦਰ, ਕਮਰ ਦਰਦ ਅਤੇ ਅੱਖਾਂ ਦੀ ਅਤੇ ਕੰਨਾਂ ਦੀ ਸਮਾਤ ਜਿਹੜੀ ਉਹ ਕਮਜ਼ੋਰ ਹੋਣਾ, ਜਿਹਦੇ ਨਤੀਜੇ ਦੇ ਅੰਦਰ ਬੇਚੈਨੀ, ਤਨਹਾਈ ਪਸੰਦੀ ਅਤੇ ਜ਼ਿਹਨੀ ਦਬਾਓ ਅਤੇ ਵਕਤ ਦਾ ਜ਼ਿਆ ਅਤੇ ਵਾਜਬਾਤ ਦੇ ਅੰਦਰ ਸੁਸਤੀ, ਕਾਹਲੀ, ਇਹ ਕਿਸੇ ਤੋਂ ਪੁਸ਼ੀਦਾ ਨਹੀਂ। ਸ਼ੇਖ ਉਲ ਇਸਲਾਮ ਨੇ ਤਹਿਮੀਆਂ ਨੇ ਕਿਹਾ, ਜੋ ਅੱਲਾਹ ਦੇ ਅਹਕਾਮਾਤ ਤੋਂ ਗਾਫਲ ਔਰ ਮਸਰੂਫ ਕਰ ਦੇਵੇ ਭਾਵੇਂ ਬਸ ਉਹ ਮਨ੍ਹਾ ਹੈ, ਅਗਰਚੇ ਉਹਦੀ ਜਿਨਸ ਹਰਾਮ ਨਾ ਹੋਵੇ, ਜਿਵੇਂ ਤਜਾਰਤ, ਖਰੀਦੋ ਫਰੋਖਤ, ਔਰ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਬੇਰੋਜ਼ਗਾਰ ਗਫਲਤ ਦਾ ਜਿਹਦੇ ਸ਼ਿਕਾਰ ਹੋ ਜਾਂਦੇ ਨੇ, ਜਿਨ੍ਹਾਂ ਦੀ ਵਜ੍ਹਾ ਨਾਲ ਤਮਾਮ ਕਿਸਮ ਦੀਆਂ ਤਫਰੀਹਾਤ ਅਤੇ ਤਮਾਮ ਗੇਮਾਂ ਜਿਹੜੀਆਂ ਹੱਕ ਦੇ ਕੰਮਾਂ 'ਚ ਮੁਆਵਨ ਵੀ ਨਹੀਂ, ਉਹ ਸਾਰੀਆਂ ਹਰਾਮ ਨੇ। ਬਸ ਛੱਡ ਦਿਓ ਇਹ ਗਫਲਤ ਵਾਲੀ ਚੀਜ਼ਾਂ ਔਰ ਤਵੱਜੋ ਕਰੋ ਨਫੇ ਵਾਲੀਆਂ ਚੀਜ਼ਾਂ ਦੀ ਤਰਫ, ਔਰ ਜਾਣ ਜਾਓ ਕਿ ਤੁਹਾਡੀ ਉਮਰ ਦਾ ਹਿਸਾਬ ਲਿਆ ਜਾਏਗਾ। ਨਬੀ ਅਲੈਹਿ ਇਸਲਾਮ ਨੇ ਫਰਮਾਇਆ, ਕਿਆਮਤ ਦੇ ਰੋਜ਼ ਬੰਦਾ ਕਦਮ ਨਹੀਂ ਉਠਾਏਗਾ ਜਦੋਂ ਤੱਕ ਉਹਦੇ ਤੋਂ ਸਵਾਲ ਨਹੀਂ ਕੀਤਾ ਜਾਂਦਾ ਉਹਦੀ ਉਮਰ ਦੇ ਬਾਰੇ, ਕਿੱਥੇ ਖਰਚ ਕੀਤੀ, ਉਹਦੇ ਇਲਮ ਦੇ ਬਾਰੇ ਕਿ ਉਹਦੇ 'ਤੇ ਅਮਲ ਕੀਤਾ ਜਾਂ ਨਹੀਂ, ਔਰ ਉਹਦੇ ਮਾਲ ਦੇ ਬਾਰੇ ਕਿੱਥੋਂ ਕਮਾਇਆ ਅਤੇ ਕਿੱਥੇ ਖਰਚ ਕੀਤਾ, ਅਤੇ ਉਹਦੇ ਜਿਸਮ ਦੇ ਬਾਰੇ।